ਮੈਨੂੰ ਪੇਟ ਦੀ ਪ੍ਰੋਬਲਮ ਸੀ, ਦਿਖਾਇਆ, ਚੈੱਕ ਕੀਤਾ, ਹਰਨੀਆ ਦਾ ਨੁਕਸ ਨਿਕਲਿਆ। ਮੇਰੀ ਨੂੰਹ ਰਾਣੀ ਨੇ ਇੱਥੇ ਕਰਾਇਆ ਸੀ, ਉਹ ਮੈਨੂੰ ਇੱਥੇ ਲੈ ਕੇ ਆਈ। 4 ਦਿਨ ਹੋ ਗਏ ਆਪਰੇਸ਼ਨ ਹੋਏ ਨੂੰ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੋਈ ਦਰਦ ਨਹੀਂ ਆਉਂਦੀ, ਹੁਣ ਬਿਲਕੁਲ ਸਹੀ। ਮੇਰਾ ਨਾਮ ਫੁੱਲਾ ਰਾਣੀ ਹੈ, ਮੈਂ ਭਗਤ ਸਿੰਘ ਪੰਜਪੀਰ ਤੋਂ ਆਈ ਹਾਂ। ਮੈਨੂੰ ਪੇਟ ਦੀ ਪ੍ਰੋਬਲਮ ਸੀ, ਦਿਖਾਇਆ, ਚੈੱਕ ਕੀਤਾ, ਹਰਨੀਆ ਦਾ ਨੁਕਸ ਨਿਕਲਿਆ। ਮੌਂਟਿੰਗ ਗਾਂਧੀ ਸਰ ਨਾਲ ਮੇਰੀ ਨੂੰਹ ਰਾਣੀ ਨੇ ਇੱਥੇ ਕਰਾਇਆ ਸੀ, ਉਹ ਮੈਨੂੰ ਇੱਥੇ ਲੈ ਕੇ ਆਈ। ਮੇਰਾ ਇੱਥੇ ਟ੍ਰੀਟਮੈਂਟ ਸਾਰਾ ਕਰਾਇਆ, ਮੈਨੂੰ ਹੱਡੀਆਂ ਦੀ ਤਕਲੀਫ ਨਿਕਲੀ, ਫਿਰ ਗੈਸ ਦੀ ਵੀ ਸੀ ਥੋੜ੍ਹਾ, ਅਤੇ ਫਿਰ ਸਾਰੇ ਇੱਥੇ ਮੇਰੇ ਕਿਡਨੀ 'ਚ ਵੀ ਥੋੜ੍ਹਾ ਜਿਹਾ ਨੁਕਸ ਹੈਗਾ ਸੀ, ਕਿਡਨੀ 'ਚ ਵੀ ਨੁਕਸ ਹੈਗਾ ਸੀ ਥੋੜ੍ਹਾ ਜਿਹਾ। ਸਾਰਾ ਆਪਰੇਸ਼ਨ ਕੀਤਾ, ਸਾਰਾ ਮੈਂ ਹੁਣ ਠੀਕ ਹਾਂ। 4 ਦਿਨ ਹੋ ਗਏ ਆਪਰੇਸ਼ਨ ਹੋਏ ਨੂੰ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੋਈ ਦਰਦ ਨਹੀਂ ਆਉਂਦੀ, ਹੁਣ ਬਿਲਕੁਲ ਸਹੀ। ਇੱਥੋਂ ਦੇ ਡਾਕਟਰ ਵੀ ਬਹੁਤ ਹੀ ਅੱਛੇ ਨੇ, ਜਿੰਨੀ ਸਿਫਤ ਕੀਤੀ ਜਾਏ ਓਨੀ ਘੱਟ ਥੋੜ੍ਹੀ ਹੈਗੀਆਂ ਨੇ ਲਿਫਟਾਂ ਵੀ, ਸਭ ਬਹੁਤ ਸਫਾਈ ਵੀ ਹੈ, ਸਾਫ਼ ਸੁਥਰਾ ਹੈ, ਕੋਈ ਇਹੋ ਜਿਹੀ ਦਿੱਕਤ ਨਹੀਂ। ਮਿੰਟ ਮਿੰਟ ਬਾਅਦ ਮੈਨੂੰ ਪੁੱਛਣ ਆਉਂਦੇ ਪਏ ਨੇ, ਸਭ ਕੁਛ ਦੇਖਣ ਆਉਂਦੇ। ਮੈਂ ਸਭ ਅੱਗੇ ਰਿਕੁਐਸਟ ਕਰਨੀ ਆ, ਜਿਹੜਾ ਵੀ ਇੱਥੇ ਜਿਹਨੂੰ ਵੀ ਇਹ ਤਕਲੀਫ ਹੋਵੇ ਇੱਥੇ ਆਵੇ, ਪੂਰੀ ਕੇਅਰ ਹੁੰਦੀ ਹੈ, ਸਭ ਕੁਛ ਸਾਫ਼ ਸਫਾਈ ਹੈ, ਸਭ ਕੁਛ ਠੀਕ ਹੈ।